ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਹਰ ਵਰਗ ਲਈ ਸੱਚੀ ਹਮਦਰਦੀ ਰੱਖਣ ਵਾਲੀ ਅਤੇ ਹਰ ਵੇਲੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਇਨਸਾਨ ਮਾਸਟਰ ਸ਼ੇਰ ਸਿੰਘ ਸੰਧੂ ਜੀ, ਆਪ ਹਮੇਸ਼ਾ ਹੀ ਸੱਚ ਦੇ ਰਸਤੇ ਤੇ ਚੱਲੇ ਅਤੇ ਸਭਨਾ ਨਾਲ ਹੱਸ ਕੇ ਬੋਲਣਾ ਆਪ ਜੀ ਦਾ ਸੁਭਾਅ ਸੀ। ਆਪ ਹਰ ਕਿਸੇ ਦੇ ਦੁੱਖ ਦਰਦ ਵਿੱਚ ਸਹਾਈ ਹੁੰਦੇ ਸਨ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਇਨਸਾਨ ਸਨ ਅਤੇ ਆਪ ਜੀ ਨੇ ਆਪਣੇ ਪਿੰਡ ਸਦਵਾਂ ਕਲਾਂ ਦੀ ਉੱਨਤੀ ਲਈ ਬਹੁਤ ਹੀ ਕੋਸ਼ਿਸ਼ ਕੀਤੀ। ਆਪਣੇ ਇਲਾਕੇ ਵਿੱਚ ਬਹੁਤ ਹੀ ਸੁੰਦਰ ਸਕੂਲ ਦਾ ਨਿਰਮਾਣ ਕਰਵਾਇਆ ਅਤੇ ਪੂਰਾ ਇਲਾਕਾ ਆਪ ਜੀ ਨੂੰ ਮਾਸਟਰ ਜੀ ਦੇ ਨਾਮ ਨਾਲ ਜਾਣਦਾ ਸੀ। ਆਪ ਜੀ ਸਮਾਜ ਪ੍ਰਤੀ ਬਹੁਤ ਹੀ ਸੇਵਾ ਦੀ ਭਾਵਨਾ ਰੱਖਦੇ ਸਨ ਅਤੇ ਆਪ ਜੀ ਦੇ ਇਹ ਸੰਸਕਾਰ ਅਸੀਂ ਆਪ ਜੀ ਦੇ ਸਪੁੱਤਰਾਂ ਵਿੱਚ ਵੀ ਵੇਖ ਸਕਦੇ ਹਾਂ। ਆਪ ਜੀ ਦੇ ਸਪੁੱਤਰ ਬਹੁਤ ਹੀ ਆਗਿਆਕਾਰੀ ਹਨ ਅਤੇ ਆਪਣੇ ਪਿਤਾ ਜੀ ਦੇ ਪਾਏ ਪੂਰਨਿਆ ਅਨੁਸਾਰ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਸਮਾਜ ਦੀ ਸੇਵਾ ਲਈ ਤਤਪਰ ਹਨ। ਮਾਸਟਰ ਸ਼ੇਰ ਸਿੰਘ ਸੰਧੂ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਪਿੰਡ ਸੰਧਵਾਂ ਕਲਾਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੀ ਫੁੱਲ ਭੇਂਟ ਕੀਤੇ। ਜੀਵਨ ਸਾਡੇ ਸਾਰਿਆਂ ਲਈ ਉਹਨਾਂ ਦਾ ਨਿਸ਼ਚਾ ਪੱਕਾ ਸੀ, ਅਸੀਂ ਘਮਾਣ ਤਕਰੀਬਨ 30-35 ਸਟਾਫ ਮੈਂਬਰ ਸਨ। ਜਦੋਂ ਵੀ ਸਾਨੂੰ ਜ਼ਿੰਦਗੀ ਦੇ ਕਿਸੇ ਵੀ ਰਾਹ ਤੇ ਕਿਸੇ ਚੀਜ਼ ਦੀ ਲੋੜ ਪੈਂਦੀ ਸੀ, ਵਿਚਾਰਾਂ ਦੀ, ਉਹਨਾਂ ਦੇ ਕੋਲ ਅਸੀਂ ਜਾਂਦੇ ਸੀ ਕਿ ਸੰਧੂ ਸਾਹਿਬ ਅਸੀਂ ਇਹ ਕੰਮ ਕਿਵੇਂ ਕਰੀਏ, ਸਾਨੂੰ ਸੇਧ ਦਿਓ। ਔਰ ਉਹਨਾਂ ਦੀ ਸੇਧ ਜ਼ਿੰਦਗੀ ਦਾ ਇੱਕ
ਨੀਲ ਪੱਥਰ ਹੁੰਦੇ ਸੀ ਜਿਸ ਤੋਂ ਸਾਨੂੰ ਕਦੀ ਵੀ ਇਹ ਮਹਿਸੂਸ ਨਹੀਂ ਹੋਏ ਕਿ ਸਾਨੂੰ ਇੱਕ ਗਲਤ ਸਲਾਹ ਦਿੱਤੀ ਗਈ। ਸਤਿਕਾਰਯੋਗ ਸਤਿਗੁਰੂ ਸਾਹਿਬ, ਜਿੱਥੇ ਤੁਸੀਂ ਸਾਨੂੰ ਚੰਗਾ ਪਰਿਵਾਰ ਦੇ ਕੇ ਗਏ ਹੋ, ਹੋਣਹਾਰ ਬੱਚੇ ਦੇ ਕੇ ਗਏ ਹੋ, ਚੰਗੇ ਰਿਸ਼ਤੇਦਾਰ ਦੇ ਕੇ ਗਏ ਹੋ, ਉੱਥੇ ਤੁਸੀਂ ਸਾਨੂੰ ਮੈਂ ਕਦੋਂ ਕਦੇ ਸਮਾਜ ਵੀ ਦੇ ਗਏ ਹੋ। ਮੈਂ ਪਟਿਆਲੇ ਹੌਲਦਾਰ ਸਾਹਿਬ ਦੇ ਅਰਦਾਸ ਵੇਲੇ ਗੱਲ ਕਹੀ ਸੀ ਤੇ ਮੈਂ ਅੱਜ ਫਿਰ ਮਹਿਸੂਸ ਕਰ ਰਿਹਾ ਕਿ ਮੈਂ ਕਿਸੇ ਕਦੋਂ ਕਦੇ ਸਮਾਜ ਵਿੱਚ ਆ ਗਿਆ ਹਾਂ। ਇਹ ਸਰਦਾਰ ਸਿੰਘ ਹੋਰਾਂ ਦੀ ਬਡੱਪਣ, ਉਹਨਾਂ ਦੀ ਇਨਸਾਨੀਅਤ, ਉਹਨਾਂ ਦਾ ਬਿਲਕੁਲ ਆਪ ਹੀ ਹੈ ਕਿ ਤੁਹਾਡੇ ਚਰਨ ਇੱਥੇ ਬਾਰੇ ਗੱਲ ਕਰੀਏ ਤੂੰ ਇੱਕ ਵਿਅਕਤੀ ਜੀ ਸੀ, ਸੰਸਥਾ ਸੀ, ਉਹ ਸੱਜਣ ਦੇ ਸੱਜਣ, ਉਹਨਾਂ ਦਾ ਉੱਤਮ ਵਿਚਾਰ, ਉਹਨਾਂ ਦਾ ਸ਼ੁੱਧ ਵਿਹਾਰ ਅਤੇ ਉਹ ਸਾਰੇ ਸਮਾਜ ਵਿੱਚ ਮਿਲਵਰਤਨ ਦੇਣ ਵਾਲੇ ਇੱਕ ਉੱਤਮ ਵਿਅਕਤੀ ਸਨ। ਵਾਕਿਆ ਸਰਦਾਰ ਸ਼ੇਰ ਸਿੰਘ ਜੀ ਵਾਕਈ ਸ਼ੇਰ ਦਿਲ ਇਨਸਾਨ ਸਨ, ਨਿਰਧੜਕ ਸਨ, ਜੋ ਫੈਸਲਾ ਲੈ ਲੈਂਦੇ ਸੀ ਉਸ ਤੋਂ ਕਦੇ ਪਿੱਛੇ ਨਹੀਂ ਹਟੇ। ਐਸੇ ਇਨਸਾਨ ਨੂੰ ਹਮੇਸ਼ਾ ਸੁਰੱਖਿਅਤ ਹੈ, ਕਿਉਂਕਿ ਪਰਿਵਾਰ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵੱਡਾ ਪਰਿਵਾਰ, ਨਾਮਵਰ ਪਰਿਵਾਰ, ਜਿਨ੍ਹਾਂ ਨੇ ਤਿੰਨ ਹੋਣਹਾਰ ਬੇਟੇ, ਜਿਨ੍ਹਾਂ ਚ ਮਨਵੀਰ ਜੀ, ਹਰਵਿੰਦਰ ਜੀ ਔਰ ਉਹਨਾਂ ਦੇ ਛੋਟੇ ਭਰਾ, ਕਿਉਂਕਿ ਪਿਵਾਈ ਦਾ ਕੰਮ ਕਰਦੇ ਨੇ, ਪੈਸਾ ਮਿਲਾ ਕੇ ਇਹਨਾਂ ਨੇ ਵੀ ਸਮਾਜ ਦੇ ਵਿੱਚ ਆਪਣੇ ਪਿਓ ਦੇ ਨਕਸ਼ੇ ਕਦਮਾਂ ਨੂੰ ਚੱਲ ਕੇ ਸਮਾਜ ਚ ਚੰਗਾ ਨਾਮ ਕਮਾਇਆ। ਚੰਗੀ ਉਮਰ, ਠੀਕ ਭੁੱਖ ਗਏ ਹਨ, ਬੜੀ ਚੰਗੀ ਸਿਹਤ, ਬਹੁਤ ਹੋ ਗਿਆ ਸ਼ਖੀਅਤ, ਇਹ ਚੰਗਾ ਪਰਿਵਾਰ ਸਾਨੂੰ ਪਿੱਛੇ ਛੱਡ ਕੇ ਗਏ ਹਨ, ਪਰ ਫਿਰ ਵੀ ਉਹਨਾਂ ਦਾ ਜਾਣ ਦਾ ਘਾਟਾ ਬਹੁਤ ਮਹਿਸੂਸ ਹੋਇਆ ਹੈ, ਕਿਉਂਕਿ ਪਰਿਵਾਰ ਨੂੰ ਜੇ ਕੋਈ ਭੁੱਲਦਾ ਹੀ ਹੈ, ਜਿਵੇਂ ਕਿ ਸ਼ਖੀਅਤ ਬੁਲਾਰੇ ਨੇ ਦੱਸਿਆ ਹੈ, ਜਾਂ ਇੰਨਾ ਵੱਡਾ ਅਕਸ਼ ਇਹਦੇ ਵਿੱਚ ਆਈਆਂ ਸਾਰੀਆਂ ਪਾਰਟੀਆਂ ਦੀਆਂ ਬੜੀਆਂ ਮਾਨ ਮੁਖੀਆਂ ਸ਼ਹੀਦਾਂ ਮੁਖੀਆਂ ਹਨ, ਉਹ ਇਸ ਗੱਲ ਦੀ ਅਗਵਾਈ ਭਰਦੇ ਹਨ, ਇਹ ਕਿੱਡੀ ਮਹਾਨ ਸ਼ਖੀਅਤ ਸੀ, ਇਹਨਾਂ ਸਮਾਜ ਲਈ ਕੀ ਕੀਤਾ, ਇਹਨਾਂ ਪਰਿਵਾਰ ਲਈ ਕੀ ਕੀਤਾ, ਮੇਰਿਆਂ ਦੇ ਖੇਤਰ ਨੇ ਬਹੁਤ ਵੱਡਾ ਯੋਗਦਾਨ ਪਾਇਆ। ਸੇਵਾ ਦੇ ਬਹੁਤ ਪੁੰਨ ਸਨ, ਦੋ ਪਿੰਡ ਦੇ ਵਿੱਚ ਦੋ ਤਿੰਨ ਗੁਰਦੁਆਰੇ ਸਨ ਜਿਨ੍ਹਾਂ ਦੀ ਸੇਵਾ ਉਹਨਾਂ ਆਪਣੇ ਹੱਥੀ ਕੀਤੀ। ਅੱਜ ਜੋ ਦੱਸ ਰਹੇ ਸਨ, ਅੱਜ ਉਹ ਵੀ ਪ੍ਰਤੱਖ ਹੋ ਰਿਹਾ ਕਿ ਜੋ ਉਹਨਾਂ ਦੀ ਅੱਜ ਅੰਤਮ ਅਰਦਾਸ ਦੇ ਵਿੱਚ ਸੰਗਤ ਇਕੱਠੀ ਹੋਈ ਆ, ਅੱਜ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਨੇ। ਅੱਜ ਉਹਨਾਂ ਦੇ ਜੀਵਨ ਤੋਂ ਪੀੜ ਸਾਹਿਬਾਨ ਵੀ ਬੈਠੇ ਨੇ, ਪੀੜ ਪੀੜ ਪਾਰਟੀਆਂ ਵੀ ਬੈਠੀਆਂ ਨੇ। ਸਭ ਤੋਂ ਮਾਣ ਵਾਲੀ ਗੱਲ ਹੈ ਕਿ ਅਧਿਆਪਕ ਨੂੰ ਜੁੜੀਆਂ ਹੋਈਆਂ ਪਾਤਮਾ ਵੀ ਆਈਆਂ, ਉਹਨਾਂ ਦੇ ਸਾਰੇ ਸਾਥੀ ਆਏ। ਜੇਕਰ ਆਪਾਂ ਉਹਨੂੰ ਸੰਸਥਾ ਮੰਨਦੇ ਹਾਂ, ਬਹੁਤ ਵਧੀਆ ਇਨਸਾਨ ਮੰਨਦੇ ਹਾਂ, ਚੰਗੇ ਗੁਣਾਂ ਦਾ ਮਾਲਕ ਮੰਨਦੇ ਹਾਂ, ਚੰਗੇ ਜੀਵਨਾਂ ਨੂੰ ਮੰਨਦੇ ਹਾਂ, ਤੇ ਅੱਜ ਲੋੜ ਹੈ ਸਮੇਂ ਦੀ ਸਾਨੂੰ ਬਹੁਤ ਸਾਰਾ ਚਾਨਣ ਹੋਰ ਛੱਡਣ ਦੀ। ਅੱਜ ਤੁਹਾਡੇ ਰੂਪ ਤੇ ਮੁੱਕ ਨਹੀਂ ਗਏ, ਜੋ ਉਹਨਾਂ ਦੇ ਸਾਥੀ ਅਜੇ ਵੀ ਸਿੱਖਾਂ ਨੂੰ ਸਮਰਪਿਤ ਹੋ, ਸਮਾਜ ਨੂੰ ਸਮਰਪਿਤ ਹੋ, ਰਿਟਾਇਰ ਹੋ ਕੇ ਪੁਸ਼ਟੀ ਕਰ ਰਿਹਾ, ਮਨੁੱਖਾਂ ਨੂੰ ਸਮਰਪਿਤ ਅਜੇ ਵੀ ਹੋ, ਸਾਡੀਆਂ ਰੂਪੇ ਬਾਕੀ ਨੇ ਔਰ ਵਾਕਿਆ ਨੇ ਕਿ ਸਾਡੇ ਸਮਾਜ ਪ੍ਰਸ਼ਾਦ ਦੀ ਸੇਵਾ ਹੋਏਗੀ। ਇਹਦੇ ਬਾਅਦ ਸਮੂਹ ਸੰਗਤ ਨੇ ਲੰਗਰ ਛਕ ਕੇ ਜਾਣਾ, ਬਹੁਤ ਸਾਰੇ ਬੁਲਾਰੇ, ਬਹੁਤ ਸਾਰੇ ਚਿਹਰੇ ਮੈਂ ਵੇਖਦਾ ਮੇਰੇ ਕੋਲੋਂ ਬੋਲੇ ਨਹੀਂ ਗਏ, ਕੁਛ ਪੰਜਾਬੇ ਵਿੱਚ ਤੇ ਕੁਛ ਨਾਵਾਂ ਦੇ ਭੁਲੇਖਿਆਂ ਵਿੱਚ। ਸਰਦਾਰ ਕਰਮ ਸਿੰਘ ਜੀ ਪਡੋਰੀ, ਜਿਸ ਤਰ੍ਹਾਂ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਕੋਲ ਚੇਅਰਮੈਨ ਸਾਹਿਬ ਬੈਠੇ ਨੇ, ਸਰਦਾਰ ਸਾਹਿਬ ਸਿੰਘ ਜੀ ਮਨ ਸਮੂਹ ਸੰਗਤ ਜਿੱਥੇ ਕਿਤੇ ਇੱਕਦਮ ਧਿਆਨ ਰੱਖਿਓ, ਜਦੋਂ ਕਿਤੇ ਮਾਸਟਰਾਂ ਦਾ ਪ੍ਰੋਗਰਾਮ ਹੋਏ ਤੇ ਸਮਝ ਲਓ ਵੀ ਸਾਰੇ ਹੀ ਬੁਲਾਰੇ, ਕਿਉਂਕਿ ਉਹਨਾਂ ਨੇ ਇਸ ਜੀਵਨ ਨੂੰ ਖੁੱਲ ਕੇ ਕਮਾਇਆ। ਦਾ ਸਰਦਾਰ ਜਗਵਿੰਦਰ ਸਿੰਘ ਜੀ ਲੱਦਾ ਮੁੰਡਾ ਸਾਡਾ ਪੁੱਤ, ਇਸ ਕਰਕੇ ਇਹ ਇੱਕ ਸਾਡਾ ਸ਼ਰਧਾਂਜਲੀ ਸਮਾਰੋਹ ਤੇ ਨਾਲ ਹੀ ਮੈਂ ਸੁਣਦਾ ਇੱਕ ਵਿਦਿਅਕ ਸੈਮੀਨਾਰ ਦੇ ਰੂਪ ਵਿੱਚ ਇਹ ਸੰਪੰਨ ਹੋਇਆ। ਬੋਲਦਿਆਂ ਚੱਲਦਿਆਂ ਕੋਈ ਬੁਲਾਰੀ ਵਾਪੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।